ਗੁਰਦੁਆਰੇ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ, ਖਾਸ ਕਰਕੇ ਲੰਗਰ, ਬਾਣੀ ਅਤੇ ਨਿਸ਼ਾਨ ਸਾਹਿਬ। ਨਿਸ਼ਾਨ ਸਾਹਿਬ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਇੱਥੇ ਗੁਰੂ ਦੀ ਹਾਜ਼ਰੀ ਹੈ, ਇੱਥੇ ਗੁਰੂ ਦੀ ਹਰ ਤਰ੍ਹਾਂ ਦੀ ਸਹਾਇਤਾ ਮਿਲਦੀ ਹੈ, ਰਕਸ਼ਾ ਮਿਲਦੀ ਹੈ। ਇਹ ਇੱਕ ਗੜ੍ਹ ਹੈ ਗੁਰੂ ਦਾ। ਲੰਗਰ ਦਾ ਮਤਲਬ ਇਹ ਹੈ ਕਿ ਇੱਥੋਂ ਕੋਈ ਭੁੱਖਾ ਨਹੀਂ ਜਾ ਸਕਦਾ, ਅਤੇ ਬਾਣੀ ਦਾ ਮਤਲਬ ਇਹ ਹੈ ਕਿ ਉਹ ਆਤਮਕ ਤੌਰ 'ਤੇ ਰੱਜ ਕੇ ਜਾਂਦਾ ਹੈ। ਇੱਥੇ ਗੁਰੂ ਦੀ ਸਿਆਣਪ ਹੈ, ਗੁਰੂ ਦੀ ਸੋਚ ਹੈ, ਗੁਰੂ ਦਾ ਗਿਆਨ ਹੈ ਜੋ ਸਾਨੂੰ ਰਾਹ ਦਰਸਾਉਂਦੀਆਂ ਨੇ। ਇਹੀ ਨਿਸ਼ਾਨੀਆਂ ਹਰ ਸਿੱਖ ਦੇ ਅੰਦਰ ਹੋਣੀਆਂ ਚਾਹੀਦੀਆਂ ਨੇ। ਇਹ ਤਿੰਨ ਖਾਸ ਨਿਸ਼ਾਨੀਆਂ ਕਿ ਸਿੱਖ ਦਾ ਗੁਰੂ ਰੂਪ ਦੇਖ ਕੇ ਕੋਈ ਵੀ ਇਨਸਾਨ ਉਹਦੇ ਕੋਲ ਆ ਸਕਦਾ ਹੈ। ਉਹਦਾ ਬਾਹਰਲਾ ਸਰੂਪ ਨਿਸ਼ਾਨ ਸਾਹਿਬ ਹੈ, ਉਹਦੀ ਬੋਲੀ ਬਾਣੀ ਹੈ, ਅਤੇ ਉਹਦੀ ਸੇਵਾ ਲੰਗਰ ਹੈ। ਇੰਨਾ ਉੱਚਾ ਦਰਜਾ ਗੁਰੂ ਨੇ ਆਪਣੇ ਸਿੱਖ ਨੂੰ ਬਖਸ਼ਿਆ ਹੈ, ਰਹਿਤਵਾਨ ਸਿੱਖ ਨੂੰ। ਅਤੇ ਜੋ ਇਹ ਫਰਜ਼ ਨਿਭਾਉਂਦਾ ਹੈ ਸਿੱਖੀ ਦਾ, ਸਿੱਖੀ ਵਿੱਚ ਰਹਿ ਕੇ, ਉਹਨੂੰ ਗੁਰੂ ਕੀ ਦਿੰਦਾ ਹੈ? ਉਹਨੂੰ ਗੁਰੂ ਆਪ ਮਿਲਦਾ ਹੈ। ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਇੰਨੀ ਵੱਡੀ ਵਡਿਆਈ ਹਰ ਕਿਸੇ ਦੇ ਝੋਲੇ ਵਿੱਚ ਨਹੀਂ ਪੈਂਦੀ, ਕਿਉਂਕਿ ਹਰ ਕਿਸੇ ਨੇ ਆਪਣੇ ਝੋਲੀ ਗੁਰੂ ਅੱਗੇ ਫੈਲਾਈ ਨਹੀਂ ਕਿ ਗੁਰੂ ਇਹ ਦਾਤ ਮੈਨੂੰ ਵੀ ਬਖਸ਼, ਮੈਂ ਵੀ ਲੈਣ ਨੂੰ ਤਿਆਰ ਹਾਂ, ਤੇਰਾ ਕੂਕਰ ਬਣਨ ਨੂੰ ਤਿਆਰ ਹਾਂ, ਤੇਰਾ ਪਹਿਰੇਦਾਨ ਬਣਨ ਨੂੰ ਤਿਆਰ ਹਾਂ, ਤੇਰਾ ਗੁਰਸਿੱਖ, ਤੇਰਾ ਗੁਰਮੁਖ, ਤੇਰਾ ਭਾਈ, ਤੇਰਾ ਬੰਦਬ ਬਣਨ ਨੂੰ ਤਿਆਰ ਹਾਂ।